लाड़ी होई गई तैयार है मी लाड़ी दिखे सही जिते पापा का बर्थ होया सीगा साडा अपना घर जुड़े दिन के लिए जा रहे हैं बस आज जाना और परसों आ जाना है मम्मी दे सोरे ते मेरे दादके चलो पापा होनी बाहर सो भाजी आ गए हो सस्या भाजी की हाल जी ठीक हो चल चंगा दिव्या ओके बाय ध्यान रखी ठीक है चलो हम आप चलने हिमाचल 3 hours later लो जी आप पहुंच गए तलवाड़े ते सामने बस स्टैंड आप हमेशा आईदा तो रोटी तुम पता खा के ही चाहिए आ हाँ जी की खाओगे दाल नाल फुलका ओके अपना आ गया लंच ते आप मंगाई सी दाल सैलड नाले चपाती लो जी हो रहा गया बस सो गाइस आप खाना वगैरह खा लिया सीगा ते हुन आप इधरों दी तलवाड़े तो निकल चुके हैं ते आप जावांगे दौलतपुर बस आप थोड़ी देर च पहुंच जाना इधरों इन्नी दूर भी नहीं हैगा अद्धे घंटे दा रस्ता हैगा बस हुने सारे जने पीन लगे चाह पापा मम्मा शिवम ते भाजी भी ते ये चाह पींदे आ फिर आप निकलते हैं करती ऑर्डर वैसे कॉफी भी हैगी सी मैं पी सकती ही क्योंकि मैं चाह नहीं पींदी पर मेरा मन नहीं सी करदा पिया कॉफी पीन नूं फिर मैं एज इट इज इदां ही गड्डी च बैठी हुई सी ते चाह पी लेंदे आ ते फिर आपां चलदे आ मम्मा धुप सेकदे पए आ लो जी आपां पहुंच गए आ ते हुण आपां चले आ अंदर है बैग ला लैणे बैग ला लैणे दादी पैर पैना और सुना ठीक हो इधर सारे धुप सेकते पे आ ते आपा समान रखन लगे सी उधर अपना टैची वगैरह फाइनली आपा पहुंच गए ते नाले जदों भी पाईदा ते आपा हमेशा मैं ते इंद्रेंद्र ही स्टे करदे आ ते मम्मा पापा उधर लगदे आ दूसरी साइड चलो हुन आपां समान अंदर रख दिंदे आ अक्षु किथे है हेलो की हाल है कुड़ियां वांग बैठा नेरा बड़ा किता नेरा बड़ा किता की गल कुछ ये शर्मांदा बड़ा है नेरा बड़ा आ रहा हुन सही है हुन सही है शर्मांदा क्यों स्कूल गया सी आज ओके हुन ट्यूशन में जाना नहीं ट्यूशन नहीं पढ़ता नहीं यार बहुत इंटेलिजेंट है ट्यूशन नहीं पढ़ता ओनली स्कूल वेरी गुड आके थोड़ी देर रेस्ट वगैरह कर ली सीगी हुन मैं चली सीगी बाहर ते टाइम बहुत ज्यादा हो गया यार नेरा ही पै गया वैसे टाइम इन्ना नहीं होया 6 ही बजे आ पर नेरा बहुत ज्यादा पै गया क्योंकि ठंड आ ते ठंड करके नेरा भी जल्दी पै जांदा हुन आपां बाहर नूं चलदे आ चलो बाहर रोला पै रहा लगदा बच्चे खेलदे हुंदे पए आ इधर बच्चे खेलते पे है हेलो क्या खेल रहे हो मैं फुटबॉल खेल रहे फुटबॉल
ਇਹ ਭੱਜਦੇ ਫਿਰਦੇ ਆ ਬੱਚੇ। ਚਲੋ ਇਹਨਾਂ ਨਾਲ ਹੀ ਰੌਣਕ ਹੁੰਦੀ ਆ। ਹੁਣ ਆਪਾਂ ਕਰਦੇ ਪਏ ਆ ਡਿਨਰ। ਆਲੂ ਗੋਭੀ ਬਣੀ ਹੋਈ ਆ ਤੇ ਨਾਲ ਸ਼ੱਕਰ ਨਾਲ ਦਾਲ। ਚਲੋ ਮੰਮਾ ਉਹ ਬੈਠੇ। ਮੰਮਾ ਯਾ ਠੰਡ ਲੱਗਾ ਦੀ। ਠੰਡ ਬੜੀ ਆ ਯਾਰ ਇੱਥੇ। ਸਹੀ ਗੱਲ ਠੰਡ ਬਹੁਤ ਆ। ਵਾਕਈ ਬਹੁਤ ਠੰਡ ਆ। ਖਾਣਾ ਵਗੈਰਾ ਆਪਾਂ ਖਾ ਲਿਆ ਵਾ। ਹੁਣ ਆਪਾਂ ਕਰਾਂਗੇ ਰੈਸਟ। ਰੈਸਟ ਤੇ ਬਾਕੀ ਵਲੌਗ ਆਪਾਂ ਕਰਦੇ ਆ ਕੱਲ। ਕੱਲ ਆਪਾਂ ਵਲੌਗ ਨੂੰ ਕੰਟੀਨਿਊ ਕਰਾਂਗੇ ਤੇ ਹੁਣ ਤੁਹਾਨੂੰ ਆਪਾਂ ਸਿੱਧਾ ਮਿਲਦੇ ਆ ਮਾਰਨਿੰਗ। ਬਾਏ ਗੁੱਡ ਨਾਈਟ। ਲਓ ਜੀ ਗੁੱਡ ਮਾਰਨਿੰਗ ਆ ਸਾਰਿਆਂ ਨੂੰ ਵੈਰੀ ਵੈਰੀ ਤੇ ਵਲੌਗ ਨੂੰ ਕਰਦੇ ਆ ਆਪਾਂ ਕੰਟੀਨਿਊ। ਕੱਲ ਮਿਲ ਗਏ ਆਪਾਂ ਥੱਕ ਥੁੱਕ ਗਏ ਤੇ ਨਾ ਵਲੌਗ ਨਹੀਂ ਬਣਾ ਪਾਏ ਤੇ ਅੱਜ ਆਪਾਂ ਰੈਡੀ ਸ਼ੈਡੀ ਹੋ ਗਏ ਆ ਤੇ ਐਂਜਲ ਵੀ ਰੈਡੀ ਹੋ ਗਈ ਆ ਤੇ ਅੱਜ ਆਪਾਂ ਜਾਵਾਂਗੇ ਮੱਥਾ ਟੇਕਣ ਤੇ ਤੁਹਾਨੂੰ ਮੈਂ ਆਪਣਾ ਪੁਰਾਣਾ ਘਰ ਦਿਖਾਉਣਾ ਜਿੱਥੇ ਸਾਡਾ ਮਤਲਬ ਕਿ ਮੇਰੇ ਪਾਪਾ ਦਾ ਜਨਮ ਹੋਇਆ ਸੀ। ਮੇਰਾ ਤਾਂ ਚਲੋ ਅੰਮ੍ਰਿਤਸਰ ਹੋਇਆ ਸੀ ਜਿੱਥੇ ਪਾਪਾ ਦਾ ਜਨਮ ਹੋਇਆ ਸੀ। ਵੈਸੇ ਕਈਆਂ ਨੂੰ ਪਤਾ ਹੀ ਆ ਜਿਹੜੇ ਸਬਸਕ੍ਰਾਈਬਰ ਹੈਗੇ ਪੁਰਾਣੇ ਉਹਨਾਂ ਨੂੰ ਪਤਾ ਹੀ ਆ। ਜਿਹੜੇ ਨਵੇਂ ਹੈਗੇ ਉਹਨਾਂ ਨੂੰ ਤਾਂ ਆਪਣਾ ਤੁਹਾਨੂੰ ਪਿੰਡ ਦਾ ਘਰ ਵਿਖਾਉਂਦੇ ਹਾਂ। ਠੀਕ ਆ ਚਲੀਏ ਫਿਰ। ਹਾਂ ਮੇਰੇ ਚਾਚਾ ਜੀ ਦਾ ਘਰ ਹੀ ਤੁਹਾਨੂੰ ਮੈਂ ਪਿਛਲੇ ਵਲੌਗ 'ਚ ਵੀ ਦਿਖਾਇਆ ਹੋਇਆ ਸੀ ਤੇ ਹਾਂ ਹੁਣ ਚੱਲੀਏ ਆਪਾਂ। ਪੀ ਲਿਆ ਪਾਣੀ। ਚਲੋ ਹੁਣ ਆਪਾਂ ਚੱਲਦੇ ਹਾਂ ਆਪਣੇ ਘਰ ਜਿੱਥੇ ਪਾਪਾ ਹੋਣੀ ਰਹਿੰਦੇ ਹੁੰਦੇ ਸੀ। ਬਣ ਗਏ ਬੱਬਰੂ? ਗਾਇਸ ਤੁਸੀਂ ਵੇਖਿਆ ਸੀ ਕਿ ਕਿਚਨ 'ਚ ਬੱਬਰੂ ਬਣਾਉਂਦੇ ਪਏ ਸੀ। ਆਪਾਂ ਜਿੱਥੇ ਮੱਥਾ ਟੇਕਣ ਜਾਣਾ ਨਾ ਉੱਥੇ ਆਪਾਂ ਬੱਬਰੂ ਚੜ੍ਹਾਉਣੇ ਆ ਇਸ ਕਰਕੇ। ਤੇ ਇਹੀ ਹੈਗਾ ਘਰ ਜਿੱਥੇ ਪਾਪਾ ਦਾ ਬਰਥ ਹੋਇਆ ਸੀਗਾ ਸਾਡਾ ਆਪਣਾ ਘਰ। ਤੇ ਦੇਖੋ ਯਾਰ ਇਹ ਉਹ ਜਗ੍ਹਾ ਨਾ ਜਿੱਥੇ ਕਾਓ ਵਗੈਰਾ ਰੱਖਦੇ ਹੁੰਦੇ ਆ। ਨਹੀਂ ਇਹ ਕੀ ਸੀ ਫਿਰ? ਇਹ ਲੱਕੜਾ ਲੱਕੜਾ ਰੱਖਦੇ ਆ। ਇਹ ਲੱਕੜਾ ਵਾਲੀ ਜਗ੍ਹਾ ਕਾਓ ਕਿੱਥੇ ਰੱਖਦੇ? ਕਾਓ ਇੱਥੇ ਨਹੀਂ ਰੱਖਦੇ ਹੁੰਦੇ ਸੀ। ਕਾਓ ਕਿਤੇ ਹੋਰ ਰੱਖਦੇ ਉਹ ਮੈਨੂੰ ਵੀ ਨਹੀਂ ਪਤਾ ਕਿੱਥੇ ਰੱਖਦੇ। ਤੇ ਇਹਦੇ ਅੰਦਰ ਤੇ ਰੂਮਸ ਵਗੈਰਾ ਲੌਕ ਕੀਤਾ ਹੋਇਆ ਨਾ। ਇੱਧਰ ਕਿਚਨ ਆ। ਇੱਧਰ ਕਿਚਨ ਹੁੰਦੀ ਸੀ। ਇੱਧਰ ਰੂਮ ਹੁੰਦੇ ਸੀ। ਹੁਣ ਕਿ ਇੱਕ ਕਮਰਾ ਵਾ, ਇੱਕ ਕਮਰੇ ਦੇ ਅੰਦਰ ਇੱਕ ਹੋਰ ਕਮਰਾ ਵਾ ਅੰਦਰ ਤੋਂ ਜਾ ਕੇ। ਤੇ ਉੱਪਰ ਵੀ ਹੈਗਾ ਵਾ, ਇਹਨੂੰ ਕੀ ਕਹਿ ਦਿੰਦੇ ਆਪਾਂ, ਇਹ ਮੌਂਟੀ ਮੌਂਟੀ ਸਮਝ ਲਓ। ਪਾਪਾ ਦੱਸਦੇ ਪਏ, ਪਾਪਾ ਕਹਿੰਦੇ ਬਾਰੀਆਂ ਬਣਾਈਆਂ ਹੁੰਦੀਆਂ ਸੀ ਨਾ ਪਹਿਲਾਂ ਪਹਿਲਾਂ ਨਾ, ਜਿਹੜੇ ਵਿਆਹ ਹੁੰਦੇ ਸੀ ਨਾ ਇੱਥੇ ਘਰਾਂ 'ਚ ਵਿਆਹ ਹੁੰਦੇ ਸੀ ਤੇ ਬਰਾਤ ਆਉਂਦੀ ਸੀ ਘਰੇ। ਤੇ ਜਦੋਂ ਬਰਾਤ ਆਉਂਦੀ ਨਾ ਪਾਪਾ ਕਹਿੰਦੇ ਜਿਹੜੀ ਮਤਲਬ ਲਾੜੀ ਹੁੰਦੀ ਸੀ ਨਾ ਜਿਹੜੀ ਦੁਲਹਨ ਹੁੰਦੀ ਸੀ ਉਹ ਬਾਰੀ ਥਾਲੀ ਵੇਖਦੀ ਹੁੰਦੀ ਸੀ ਬਰਾਤ ਨੂੰ। ਪਾਪਾ ਨੇ ਪਿਛਲੀ ਵਾਰੀ ਦੱਸਿਆ ਸੀ ਤਾਂ ਇੱਦਾਂ ਬਾਰੀਆਂ ਵਗੈਰਾ ਬਣਾਈਆਂ ਹੋਈਆਂ ਨਾ। ਤੇ ਚਲੋ ਇੱਧਰ ਇਹ ਵਾਸ਼ਰੂਮ ਹੈਗਾ ਸੀ। ਓਕੇ ਤੇ ਉਧਰੋਂ ਦੀ ਗੇਟ ਉਹ ਗੇਟ ਆ। ਇਹ ਸੀ ਆਪਣਾ ਘਰ ਤੇ ਵੈਸੇ ਜਿੰਦੇ ਲੱਗੇ ਹੋਏ ਆ। ਚਾਬੀ ਪਾਪਾ ਕੋਣੀ ਜਾਂ ਫਿਰ ਮੰਮਾ ਕੋਣੀ ਪਤਾ ਨਹੀਂ। ਚਲੋ ਹੁਣ ਚਲੀਏ। ਆ ਮੇਰੇ ਚਾਚਾ ਜੀ ਦਾ ਘਰ ਆ। ਇੱਕ ਆ ਵੀ ਆ, ਇਹਦੇ ਪਿੱਛੇ ਨਵਾਂ ਬਣਾਇਆ ਉਹਨਾਂ ਨੇ ਜਿਹੜਾ ਤੁਹਾਨੂੰ ਵਿਖਾਇਆ ਸੀ ਹੁਣੇ। ਤੇ ਇੱਧਰ ਰਸੋਈ ਹੈਗੀ ਆ ਤੇ ਰਸੋਈ 'ਚ ਬਣਾਉਂਦੇ ਆ ਬੱਬਰੂ। ਲਾੜੀ ਹੋਈ ਗਈ ਤਿਆਰ ਹੈ ਮੀ ਲਾੜੀ ਦੇਖਿਆ ਸਹੀ। ਹੁਣ ਆਪਣੇ ਘਰ ਤੋਂ ਆਪਾਂ ਜਾਵਾਂਗੇ ਮੱਥਾ ਟੇਕਣ। ਚਲ ਭੁੱਲ ਗਏ। ਚਲੋ ਜੀ ਗੱਡੀ ਵੀ ਹੋ ਗਈ ਆਪਣੀ ਰੈਡੀ, ਹੁਣ ਚੱਲਦੇ ਆ। ਰਾਮ ਰਾਮ। ਰਾਮ ਰਾਮ ਜੀ। ਚਲੋ ਚੱਲੀਏ ਹੁਣ। ਰਾਮ ਰਾਮ ਜੀ। ਚਲੋ ਚੱਲੀਏ ਹੁਣ। ਹੁਣ ਆਪਾਂ ਪਹੁੰਚ ਚੁੱਕੇ ਹਾਂ ਤੇ ਅੰਦਰ ਜਾ ਕੇ ਮੱਥਾ ਟੇਕਾਂਗੇ।
ਸੋ ਇਧਰੋਂ ਦੀ ਐਂਟਰ ਕਰਕੇ ਮੱਥਾ ਟੇਕਦੇ ਆ। ਫਾਈਨਲੀ ਗਾਈਜ਼ ਆਪਾਂ ਅੰਦਰੋਂ ਦੀ ਮੱਥਾ ਟੇਕ ਆਏ ਸੀ ਤੇ ਹੁਣ ਆਪਾਂ ਘਰ ਜਾਵਾਂਗੇ ਤੇ ਬ੍ਰੇਕਫਾਸਟ ਕਰਾਂਗੇ ਕਿਉਂਕਿ ਆਪਾਂ ਇੱਥੇ ਮੱਥਾ ਟੇਕਣ ਨਾ ਸੁੱਚੇ ਮੂੰਹ ਹੀ ਆਏ ਸੀ, ਆਪਾਂ ਕੁਝ ਖਾਧਾ ਨਹੀਂ ਸੀ ਤੇ ਹੁਣ ਆਪਾਂ ਘਰ ਜਾ ਕੇ ਬ੍ਰੇਕਫਾਸਟ ਕਰਦੇ ਆ, ਫਿਰ ਆਪਾਂ ਨਿਕਲਾਂਗੇ ਨਾਨੀ ਘਰ। ਤੇ ਉਧਰ ਸਾਰੇ ਜਣੇ ਖੜੇ ਆ, ਧੁੱਪ ਧੁੱਪ ਸੇਕਦੇ ਪਏ ਸੀਗੇ ਕਿਉਂਕਿ ਇੱਥੇ ਧੁੱਪ ਬੜੀ ਵਧੀਆ ਲੱਗੀ ਆ, ਠੰਡ ਹੀ ਬਹੁਤ ਹੈਗੀ ਆ ਤੇ ਧੁੱਪ 'ਚ ਖੜੇ ਹੁਣ ਦਾ ਮਤਲਬ ਬੜਾ ਰਿਲੀਫ ਮਿਲਦਾ ਪਿਆ, ਮਜ਼ਾ ਆ ਰਿਹਾ। ਮੰਮਾ ਕਰਦੇ ਪਏ ਆ ਬ੍ਰੇਕਫਾਸਟ, ਆਪਾਂ ਕਰ ਲਿਆ ਵਾ ਤੇ ਹੁਣ ਆਪਾਂ ਚੱਲ ਜਾਣਾ ਸਿੱਧਾ ਨਾਨੀ ਘਰ ਤੇ ਆਹ ਵਲੋਗ ਨੂੰ ਆਪਾਂ ਇੱਥੇ ਐਂਡ ਕਰ ਦਿੰਦੇ ਹਾਂ ਕਿਉਂਕਿ ਬਹੁਤ ਵੱਡਾ ਹੋ ਗਿਆ ਵਲੋਗ। ਜੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਾ ਹੋਊਗਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ। ਓਕੇ ਬਾਏ।